सब तो पहलों हाय गाइस, वेलकम बैक टू न्यू ब्लॉग। ते ब्लॉग दी ना स्टार्टिंग तो कीती सी कि स्टार्टिंग पता नहीं किधर गई है, इन्हीं विच मैं कहा चलो ब्लॉग दी स्टार्टिंग कर दिए, तू ही ब्लॉग देखो। विच ही ब्लॉग उदा ही रह गया हैगा ते बैटरी लो हो गई कैमरे दी। बाकी देखो इधर ये चूहिया नू लभदा आया तुहानू पता, ते हुण देखो किदां लिबड़िया होया है, नू वेखो इहदे शरीर हुण नभा नहीं सकदे इहो जिहे नू, हर ਪਿਕਦਾ ਹੀ ਨਹੀਂ ਰਾਤ ਨੂੰ। ਦੇਖੋ ਲਾਪਰ ਦਾ ਕੱਲ ਜਨਮ ਦਿਨ ਸੀ ਨਾ, ਸਮੋਸੇ ਲੈ ਕੇ ਆਉਂਦੇ ਸੀਗੇ ਤੇ ਸਵੇਰ ਲਈ ਰੱਖੇ ਸੀਗੇ, ਤਾਂ ਅੱਜ ਨੇ ਸਵੇਰੇ ਸਵੇਰੇ ਵੇਖੋ ਪਲੇਟ ਇਹਦੇ ਵਿੱਚ ਲਿਫਾਫੇ ਦੇ ਵਿੱਚ ਪਲੇਟ ਪਈ ਸੀਗੀ, ਸਾਰੇ ਖਾਲੀ ਕਰਤਾ ਦੇਖੋ ਪਲੇਟ ਵੀ। ਮੈਂ ਸੋਚਿਆ ਮੈਂ ਖਾਊਂਗਾ ਤਾਂ ਹੈ ਹੀ ਨਹੀਂ, ਚਲ ਅਸੀਂ ਤਾਂ ਸੰਤਰਾ ਕੱਲ੍ਹ ਮੈਂ ਰੱਖਿਆ ਸੀ ਇਹ ਖਾ ਲਈਏ। ਮੈਂ ਜ਼ਿਆਦਾਤਰ ਟਿਕ ਕੇ ਰੋਟੀ ਨਹੀਂ ਖਾਂਦਾ ਹੁੰਦਾ, ਮੈਂ ਇੱਦਾਂ ਹੀ ਅਤੇ ਜਾ ਕੇ ਰਮਾਨ ਨਾਲ ਬਸ ਜਿੱਥੇ ਮਰਜ਼ੀ ਬਹਿ ਕੇ ਖਾ ਲੈਣੀ। ਸੂਰਜ ਨਿਕਲਿਆ ਹੁਣੇ ਹੁਣੇ ਸੀਗਾ, ਥੋੜ੍ਹਾ ਆ ਜਾ ਤਾਂ ਫਿਰ ਛਿਪ ਗਿਆ। ਬਾਕੀ ਮੰਮੀ ਉਹਨਾਂ ਨੇ ਉਹ ਬਾਲਣ ਲੈ ਕੇ ਆਉਂਦਾ, ਅਸੀਂ ਔਖੇ ਸੌਖੇ ਹੋ ਗਏ ਅਤੇ ਕਿਉਂਕਿ ਮੀਂਹ ਬਹੁਤ ਪਿਆ ਸੀ, ਗਿੱਲਾ ਬਾਲਣ ਅਸੀਂ ਤੇਲ ਬਾਲ ਕੇ ਬਾਲ ਲਿਆ। ਅਸੀਂ ਨਾ ਪਤੰਗ ਬਹੁਤ ਵੱਡੇ ਵੱਡੇ ਲੈ ਕੇ ਆਏ ਸੀ, ਅੱਜ ਆਪਾਂ ਸਭ ਤੋਂ ਵੱਡਾ ਪਤੰਗ ਡੋਣਿਆ ਚੱਲਦੇ ਹਾਂ ਹੁਣ ਉੱਪਰ। ਚਲੋ ਚੱਲ 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 ਕੋਲ ਚੱਲ ਹੁਣ ਡੋਣੇ। ਅੱਜ ਵੇਖੋ ਤਾਂ ਗਾਇਸ ਉਹ ਵੈਸੇ ਝੰਡਾ ਕਿੱਦਾਂ ਹਨਾ ਲਹਿਰਾਉਂਦਾ ਪਿਆ, ਅਤੇ ਅੱਜ ਪਤੰਗ ਵੀ ਉੱਡੂਗਾ। ਖਲਮੋੜਾ ਡਾਤ ਲੈਂਦੇ ਨਾ, ਆਹ ਵੇਖੋ ਸਦਾ ਹੀ ਆਪ ਡਾਉਂਦਾ ਰਹਿੰਦਾ ਲੈ, ਬਾ ਹੁਣ ਨਹੀਂ ਆਇਆ ਤੈਨੂੰ ਪਾੜ ਗਾਇ ਸਾਰਾ ਹੀ ਪਾੜ ਗਿਆ ਵੇਖੋ, ਉੱਡਿਆ ਹੀ ਨਹੀਂ ਸਹੀ ਤਰੀਕੇ ਨਾਲ, ਹਵਾ ਨਹੀਂ। ਇੰਨਾ ਮਹਿੰਗਾ ਲਿਆ ਕੇ ਸਾਰਾ ਹੀ ਪਾੜਤਾ, ਜਾ ਚੱਲ ਹੁਣ ਐਂ ਕਰਦੇ ਟੇਪ ਲਿਆ, ਓਏ ਓਏ ਜਿਹੜਾ ਬੱਚਾ ਤਲਾਂ ਦੁਬਾਰਾ ਪਾ ਕੇ ਵੇਖ ਲਈਏ, ਤਲਾਂ ਦੁਬਾਰ ਤੋਂ ਪਾ ਨਾਲੇ ਟੇਪ ਲਾਈਏ। ਚੱਲ ਇਹਨੇ ਕੀ ਕਰਨਾ, ਇਹਨੇ ਕੀ ਪਤੰਗ ਕੋਈ ਉਹੀ ਅਕਲ ਨਹੀਂ ਇਹਨੂੰ, ਪੁੱਠਾ ਪਤੰਗ ਡਾਈ ਆਉਂਦਾ, ਪੁੱਠੀ ਤਲਾ ਪਾਤੀ, ਸਾਰਾ ਪਾੜ ਕੇ ਰੱਖਤਾ, ਹੱਸੀ ਆਉਂਦਾ ਹੁਣ। ਹੁਣ ਮੈਨੂੰ ਸਮਝ ਆ ਗਈ ਕੋਲਾ ਕਦੋਂ ਦੇ ਟਾਏ ਇਹ ਵੀ ਸੋਚ ਰਹਾ। ਹਾਂ ਦੇਖੋ ਆ ਆ ਉਲਟ ਰੋਕ ਨੂੰ ਤਲਾ ਪਾਈ ਇਹਨੇ, ਪਰਲੇ ਪਾਸੇ ਨੂੰ ਪੈਣੀ ਤਾਂ ਹੀ ਪਾਟਾ ਵਾ। ਹੁਣ ਡੋਨੇ ਆਪਾਂ ਪਤੰਗ ਤੇ ਹੁਣ ਪੁੱਠੀ ਅੱਗੇ ਤਲਾ ਹੁੰਦਾ, ਚੱਲ ਨਾ ਪਿੱਛੇ ਤੋਂ ਵੇਖੀ ਉਹ ਦਾਲ ਪੜ ਜਾ ਕੋਲਾ, ਹੁਣ ਵੇਖੀ ਉਹ ਦਾ ਇੱਕੋ ਹੀ ਗੱਲ ਕਹੀ ਜਾਂਦਾ ਤੂੰ ਆ ਨਾ ਪੜ ਤੇ ਫਿਰ ਉਹ ਇੰਨੀ ਹਵਾ ਹੋਰ ਤੈਨੂੰ ਕਿੰਨੀ ਹਵਾ ਚਾਹੀਦੀ ਹੈ। ਖਿੰਚੇ ਮਾਰ ਖਿੰਚੇ, ਚਲੋ ਗਾਇਸ ਉੱਡ ਗਿਆ ਪਤੰਗ। ਓ ਬੱਲੇ ਬੱਲੇ ਬੱਲੇ, ਨਹੀਂ ਨਹੀਂ ਇਹ ਡੋਰ ਨੀ ਹੱਥੇ ਫਿਰਦੀ, ਹੁਣ ਧਿਆਨ ਨਾ ਜੋ ਥੱਲੇ ਡਿੱਗਾ ਲੱਗਾ ਮੈਨੂੰ ਦੱਸ ਦੀ। ਵੈਸੇ ਇਹਨੇ ਪਹਿਲੀ ਵਾਰੀ ਪਤੰਗ ਚੜਾਇਆ, ਠੀਕ ਹੈ ਅੱਸੀਆਂ ਦਾ ਪਤੰਗ ਆਇਆ, ਅੱਸੀਆਂ ਦਾ ਟੁੱਟ ਜੇ ਖਿੱਚ ਬੜੀ ਪਈ ਵਾਹਣਾ ਚ ਭੱਜ ਜੀ ਚੰਗਾ ਜੇ ਟੁੱਟ ਗਿਆ। ਅੱਛਾ 80 ਰੁਪਈਆ ਦੇ ਬੰਨੇ ਮੈਂ ਉਹ ਸ਼ਹਿਰ ਪਹੁੰਚ ਜਾਣਾ ਇਹਨੂੰ ਲੈਣ, ਜਾ ਸ਼ਹਿਰ ਨੀ ਡਿੱਗਦਾ ਮੈਨੂੰ ਪਤਾ ਕਿੱਥੇ ਡਿੱਗਣਾ। ਪਿੰਡ ਵਾਲਿਓ ਲਾ ਲਓ ਆ ਮੁੰਡੇ ਨਾ ਪੇਚਾ, ਡੈਡੀ ਆ ਜਾਓ ਆ ਜਾਓ। ਅੱਛਾ ਉੱਪਰ ਕੋਠਾ ਡਿੱਗਣ ਲਈ ਬਣਾਇਆ ਵਾ, ਕੋਠੀ ਡਿੱਗਣ ਲਈ ਬਣਾਈ ਆ, ਡੰਗਰੋ ਪਾਸੇ ਉਹ ਗੱਲ ਫੇਰ ਹੋਰ ਕੀ ਕਰਦੇ ਹੁੰਦੇ ਮੁਕਦੀੜ। ਆ ਵੇਖ ਲਓ ਫੜ ਫੜ ਹਾਂ ਫੜ ਫੜ ਬੜਾਇਆ ਇਹ ਫਿਰ ਗਾਇਜ਼ ਆਤੀ ਫਿਰ ਗਈ ਇਹਦੇ। ਹਾਂ ਦੇਖੋ ਇੱਥੇ ਇੱਥੇ ਨਾ ਮੇਰਾ ਨਿਸ਼ਾਨ ਜਿਹਾ ਪੈ ਗਿਆ ਡੋਰ ਦਾ, ਤੇ ਖਿੱਚ ਬਹੁਤ ਪੈਂਦੀ ਉਹ ਸੱਚੀ, ਓਏ ਹੱਥ ਵੱਢਿਆ ਜਾਣਾ ਹੀ ਧਿਆਨ ਨਾ। ਓ ਦੇਖੋ ਕਿੱਥੇ ਪਹੁੰਚਾਇਆ ਪਿਆ ਪਤੰਗ, ਨਹੀਂ ਓਏ ਪਤਾ ਕੀ ਮੇਨ ਗੱਲ ਖਿੱਚ ਬਹੁਤ ਆ, ਜਵਾ ਬਹੁਤ ਆ ਤੇਜ। ਵੇਖੀ ਤੂੰ ਓਏ ਉਹ ਗਾਣਾ ਸੁਣਿਆ ਤੂੰ ਉੱਡਦੀ ਤੂੰ ਝੂਟਦੀ ਚੰਡੋਲ ਜੱਟੀਏ ਨੀ ਪੂਰੇ ਉਹ ਜਾਦੀ ਨਾ ਕਰੀ ਜਾ ਸਾਰੀ ਡੋਰ ਚਲੀ ਜਾਣੀ ਨਾਲ ਹੀ। ਓ ਕਿੱਥੇ ਪਚਾਤਾ, ਕੜੀਆਂ ਆ ਗਈਆਂ, ਕੜੀਆਂ ਆ ਗਈਆਂ, ਜਿਹੜੀ ਕੜੀਆਂ ਆ ਗਈਆਂ ਬਲੇਡ 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 ਦੇ ਡੋਰ ਫਿਰਦੀ ਬਹੁਤ ਗਾਇਸ ਹੱਥ ਤੇ ਨਾ ਆਪਾਂ ਨੂੰ ਉਹ ਪੱਕੇ ਲੈਂਦੀ ਕੋ ਕੰਜਰੋ ਚੜ ਜਾਣ ਦੇ ਚੈਨਿਆ ਜੀ ਗੰਦੀ ਉਹ ਯਾਰ ਇਕੱਠੀ ਕਰਨੀ ਕਿ ਨਹੀਂ। ਹਾਂ ਖਿਆਲ ਮੈਂ ਆਪੇ ਕਿਤੂ ਹੀ ਲੱਗ ਜੇ ਸਾਲ ਡੈਡੀ ਇਕੱਠੀ ਕਰਦਾ ਮੈਂ ਬਾ ਕੰਮ ਬਣ ਗਿਆ। ਉਹ ਵੇਖੋ ਸਰਦਾਰ ਸਾਹਿਬ ਐ ਕਰੀਦੀ ਐ ਬਲੇਟੀ ਜਾਣੀ ਬਲੇਟੀ ਜਾਣੀ, ਮੀਂਹ ਆ ਗਿਆ ਲਾਪਰੀ ਵੈਸੇ ਹੀ ਉਹਨੇ ਲੈ ਜਾਣਾ ਥੱਲੇ ਬਲੇਟੀ ਜਾਣੀ ਆ ਯਾਰ ਡੈਡੀ ਨੂੰ ਬਲੇਟੀ ਨੀ ਆਉਂਦੀ ਗਿੱਲਾ ਹੋ ਕੇ ਸਿੱਧਾ ਗਿੱਲਾ ਹੋ ਕੇ ਤੇਰੇ ਸਿਰ ਚ ਵੱਜਣਾ ਆਣ ਕੇ ਉਹ ਯਾਰ ਮੈਨੂੰ ਨਾ ਉਹ ਪੜਾ ਤੁਰਿਆ ਉਹਦਾ ਥੱਲੇ ਢਿੱਲੀ ਦਾ ਛੱਡ ਲੈ ਗਿੱਲਾ ਹੋ ਕੇ ਡਿੱਗ ਪਿਆ
गाइस ओ टूट गया जी, गिला हो के टूट गया उन्दे मगर डिग पिया ओ देखो हिलदी पई टाणी देखो गाइस हलाई डोर टूट गई जाए मैं तेन कह ना छड़ देना ही आजाद कर देना ही देखो किन्नी हवा चलदी पई इस टाइम तुसी देख सकदे बाकी वेखो पल्लियां उड्डन डईयां वे हवा बहुत तेज ही वेखो मैं आ बलेट ली मेरे हाथ नूं फिर गई डोर ते जिहड़ा पतंग सी उह मीं च कागज दा सी ना गिला हो के ਉਹ ਟੁੱਟ ਗਿਆ ਆਪੇ ਹੀ ਹਵਾ 'ਚ ਹੀ ਮਤਲਬ ਗਿੱਲਾ ਹੋ ਕੇ ਟੁੱਟ ਟੁੱਟ ਗਿਆ ਅਤੇ ਟਾਲੀ ਚੜ ਗਿਆ ਉਹ ਗਵਾਂਢੀਆਂ ਦੀ 'ਚ ਅਤੇ ਮਜ਼ਾ ਬੜਾ ਵਾ ਵੈਸੇ ਆਇਆ ਡਾ ਕੇ ਪਤੰਗ ਮੀਂਹ ਦੇ ਵਿੱਚ ਗਰਮਾ ਗਰਮ ਇੱਥੇ ਚਾਹ ਬਣਦੀ ਪਈ ਆ ਹੈ ਮੰਮੀ ਬਣ ਗਈ ਕਿ ਨਹੀਂ ਆਵੇ ਬਣ ਹੀ ਗਈ ਹੈ ਬਾਲਾ ਆ ਗਿਆ ਕੀ ਲੈਚੀਆਂ ਪਾਈਆਂ ਕਿ ਨਹੀਂ ਹਾਂ ਪਾਈਆਂ ਨਹੀਂ ਪਾਈਆਂ ਪਾਏ ਦੋ ਦੋ ਲੈਚੀਆਂ ਪਾਈਆਂ ਚਲੋ ਬਈ ਲੈਚੀਆਂ ਵਾਲੀ ਚਾਹ ਬਣਦੀ ਪਈ ਇੱਥੇ ਉਹ ਦੋਸਤ ਕੋ ਕਿੱਧਰੋਂ ਖੁੱਲ ਆਇਆ ਮੰਮੀ ਮੈਂ ਉੱਥੇ ਬਹਿ ਗਿਆ ਜਾ ਕੇ ਚਲੋ ਜੀ ਵਾਲ ਛੰਡ ਲਏ ਆਪਦੇ ਤੇ ਚਲੋ ਵੇਖ ਕੇ ਆਉਣੇ ਆ ਉਹਦਾ ਕੀ ਬਣਿਆ ਪਤੰਗ ਦਾ ਚੱਲ ਕੀ ਚਾਹ ਪੀਣ ਡਿਆ ਤਾਂ ਹੋਰ ਕੀ ਕੀ ਲੈਚੀਆਂ ਪਾਈਆਂ ਹੋਈਆਂ ਚਾਹ ਚ ਪਕਾਈ ਚਾਹ ਬੜੀ ਸਵਾਦ ਚਾਹ ਜੀ ਅੱਛਾ ਮੀਂਹ ਦੇ ਵਿੱਚ ਚਾਹ ਪੀਂਦੇ ਕੋਲਿਆ ਚਲੋ ਚੱਲ ਗਏ ਉਹਨਾਂ ਘਰੇ ਤੇ ਸੁਪਰ ਵਿਊ ਕੀਤਾ ਆ ਆਪਾਂ ਦੇਖੋ ਸੜਕ ਕਿੰਨੀ ਗਿੱਲੀ ਹੈ ਨਾ ਮੀਂਹ ਨਾਲ ਕਿੰਨਾ ਵਧੀਆ ਵਿਊ ਜਿਹਾ ਲੱਗਦਾ ਮੀਂਹ ਨਾਲ ਗਿੱਲੀ ਹੋਣੀ ਨਹੀਂ ਚਾਹੀਦੀ ਵੈਸੇ ਹੈ ਨਾ ਇਹ ਕੀ ਚੱਕਰ ਹੋਇਆ ਯਾਰ ਕੋਈ ਨਹੀਂ ਤੂੰ ਸਕਾ ਦੇ ਡਰਾਇਰ ਲਿਆ ਕੇ ਰੱਜੀ ਹੁੰਦੀ ਉਹਨੇ ਲੈ ਆਉਣਾ ਸੀ ਡਰਾਇਰ ਘਰੋਂ ਇੱਥੇ ਅੜਿਆ ਗਾਇਸ ਪਤੰਗ ਦਾ ਹਾਲ ਤਾਂ ਵੇਖੋ ਕੀ ਬਣ ਗਿਆ ਸਾਡੇ ਰੁੱਖ ਨੇ ਸਾਡਾ ਪਤੰਗ ਪਾੜਤਾ ਲੋਨ ਆਏ ਸੀ ਉਹ ਬੜਾ ਵਧੀਆ ਸੀ ਪਤੰਗ ਬਹੁਤ ਵਧੀਆ ਪਤਾ ਕਿੰਨਾ ਮਹਿੰਗਾ ਸੀ ਇਹ ਪਤੰਗ 80 ਦਾ ਆਵੇ ਚੱਲ ਕੋਈ ਨਹੀਂ ਛੱਡ ਭਰੇ ਪਤੰਗ ਚਲੋ ਅਸੀਂ ਨਹੀਂ ਨਹੀਂ ਅਸੀਂ ਵੇਖਣੀ ਆਏ ਕੀ ਹਾਲਾਤ ਬਣ ਗਏ ਇਹਦੇ ਹੋਰ ਤੂੰ ਤਾਂ ਠੀਕ ਰਹਿੰਦੀ ਹੈ ਬੀਬੀ ਮੀਂਹ ਪਵਾ ਤਾ ਹੀ ਹੈ ਨਾਟਕ ਵਾਲੀ ਵੀਡੀਓ ਬਣਾਉਣ ਲੱਗੇ ਨਾਟਕਾਂ ਚ ਲੰਮਾ ਨੀ ਸੀਨ ਲਈ ਜਾਂਦੇ ਹੁੰਦੇ ਤੇ ਰਿਐਲਿਟੀ ਦੱਸਾਂਗੇ ਰਿਐਲਿਟੀ ਕਰਕੇ ਵਿਖਾਵਾਂਗੇ ਆਪਾਂ ਫੜਾ ਦੇ ਮੰਮੀ ਨੂੰ ਫੜਾ ਮੰਮੀ ਨੂੰ ਫੜਾ ਆਵੇ ਮੰਮੀ ਫੜ ਮੈਂ ਦੱਸਦਾ ਕੀ ਕਹਿਣਾ ਵਾ ਮੈਂ ਦੱਸਦਾ ਕੀ ਕਹਿਣਾ ਵਾ ਮੰਮੀ ਤੂੰ ਇਹਨੂੰ ਕਹਿਣਾ ਵਾ ਯੇ ਲੋ ਕੀ ਕਹਿ ਯੇ ਲੋ ਜੇ ਲੋ ਉਣਦੇ ਕਹੇ ਉਣਦੇ ਪਏ ਕਿ ਬੁਣਦੇ ਪਏ ਇੱਕੋ ਗੱਲ ਵਾ ਹਾਂ ਆ ਵਿਆਹ ਹੁਣ ਬਣਦਾ ਪਿਆ ਇਹਦਾ ਮੰਮੀ ਉਣਦੇ ਹੁੰਦਾ ਕਿ ਬੁਣਦੇ ਹੁੰਦਾ ਕੀ ਹੁੰਦਾ ਉਣਦੇ ਵੀ ਤਾਂ ਬੁਣਦੇ ਇੱਕ ਹੀ ਨਾ ਹਾਂ ਇੱਕੋ ਹੀ ਗੱਲ ਵਾ ਚਲੋ ਬਈ ਮੰਮੀ ਹੁਣੀ ਤਾਂ ਇੱਥੇ ਬੈਠੇ ਹੋਏ ਉਣ ਡਏ ਆ ਕਿਉਂਕਿ ਬਾਹਰ ਦਾ ਤੁਹਾਨੂੰ ਮੌਸਮ ਵਿਖਾਉਣਾ ਬਾਹਰ ਦੇਖੋ ਮੌਸਮ ਵੇਖੋ ਕਿੰਨਾ ਜ਼ਿਆਦਾ ਠੰਡਾ ਹੋਇਆ ਹੋਇਆ ਵਾ ਵੇਖੋ ਪੱਲੀ ਉੱਡਣ ਡਈ ਠੰਡ ਲੱਗਦੀ ਬਾਹਰ ਆਉਣ ਲੱਗਿਆ ਆਹ ਵੇਖੋ ਇਹ ਇਹਨੂੰ ਗੱਦੇ ਤੇ ਇਹਦੇ ਤੇ ਭਾਈਏ ਲੇਖੋ ਆਹ ਵੇਖੋ ਇਹਦੇ ਤੇ ਨਹੀਂ ਇਹਨੇ ਬਹਿਣਾ ਆਵੇ ਬਹਿ ਜਾ ਰੋਸਕੋ ਬਹਿ ਜਾ ਬਹਿ ਜਾ ਰੋਸਕੋ ਇਹਦੇ ਤੇ ਆਹ ਦੇਖੋ ਤਿਆਰ ਹੋਈ ਹੋਈ ਆ ਤੇ ਮੈਂ ਹੁਣ ਡੱਬੀ ਲੈਣ ਚੱਲਿਆ ਇਹ ਕੀ ਆ ਇਹ ਦੀਆ ਬੁਝਣਾ ਜਾਏ ਕਹੀਂ ਜਾ ਲੈ ਕੇ ਆ ਲੈ ਆ ਮੈਂ ਡੱਬੀ ਤੇ ਹਾਏ ਠੰਡੀ ਹਵਾ ਮੇਰਾ ਠੰਡ ਲੱਗੀ ਜਾਂਦੀ ਗਾਇਸ ਦੇਖੋ 4:30 ਹੋ ਗਿਆ ਤੇ ਮੀਂਹ ਦੇਖੋ ਕਦੋਂ ਦਾ ਪਈ ਜਾਂਦਾ ਸਾਰੇ ਜਾਣੇ ਅੰਦਰ ਆ ਵੜੇ ਹੋਏ ਤੇ ਬਾਕੀ ਇੰਨਾ ਜ਼ਿਆਦਾ ਮੀਂਹ ਆ ਬਾਹਰ ਨਿਕਲਣ ਨੂੰ ਤਾਂ ਜੀ ਨਹੀਂ ਕਰਦਾ ਕਿੰਨੀ ਤੇਜ਼ ਮੀਂਹ ਪੈਣ ਡਿਆ ਤੇ ਆਹ ਦੇਖੋ ਕਿੱਥੇ ਇੱਥੇ ਸੁੱਤਾ ਆ ਉਹਦਾ ਚਲੋ ਦੇਖਦੇ ਹਾਂ ਕਦੋਂ ਘਟਦਾ ਵਾ ਉਹਨਾਂ ਚਿਰ ਅਸੀਂ ਇੱਕ ਵੀਡੀਓ ਬਣਾ ਲਈਏ ਇੱਕ ਸਪੈਸ਼ਲ ਅੰਦਰ ਅਸੀਂ ਬਣਾਉਣੇ ਪਏ ਹਾਂ ਚਲੋ ਜੀ ਗਾਇਸ ਅੱਜ ਸਾਡੇ ਸਿਲੰਡਰ ਖਤਮ ਹੋਇਆ ਹੋਇਆ ਨਾ ਅਤੇ ਰੋਸਕੋ ਮੈਨੂੰ ਤੋੜ ਤੋੜ ਕੇ ਦਿੰਦਾ ਪਿਆ ਬਾਲਣ ਚੱਲ ਰੋਸਕੋ ਤੋੜ ਦੇ ਦਵਾ ਦਾ ਹਾਂ ਜਵਾ ਜਵ ਲੋਹਾ ਕਤਰ ਬਣ ਲੋਹਾ ਕਤਰ ਨਹੀਂ ਕੀ ਹੁੰਦਾ ਓਏ ਨਹੀਂ ਕਿ ਕੌਣ ਜਿਹੜਾ ਲੱਕੜਾਂ ਵੱਢਦਾ ਲੱਕੜਹਾਰਾ ਹਾਂ ਹਾਂ ਵੱਢ ਵੱਢ ਚੱਲ ਚੱਲ ਹਾਂ ਚੱਲ ਚੱਲ ਹਾਂ ਵੈਰੀ ਗੁੱਡ ਵੱਡੀਆਂ ਵੱਡੀਆਂ ਛਿੱਟੀਆਂ ਲਾਈ ਕਿਉਂਕਿ ਫਿਰ ਅੱਗ ਬਾਲਣੀ ਸੌਖੀ ਹਾਂ ਹਾਂ ਚੱਲ ਠੀਕ ਆ ਵੇਖ ਲਓ ਇੰਨੀ ਮਿਹਨਤ ਚਲੋ ਹੱਥ ਰੱਬ ਨੇ ਨਹੀਂ ਤਾਂ ਮੂੰਹ ਨਾਲ ਵਿਚਾਰਾ ਇੰਨਾ ਪਿਆਰ ਕਰਦਾ ਨਾ ਸਾਨੂੰ ਵੇਖੋ ਹੋਵੇ ਚੱਲ ਕੋਈ ਨਹੀਂ
ਨਾਲੇ ਕਿਸੇ ਬਾਨਿਸ਼ ਪੈਦਾਂ ਵਾਲੀ ਦਾਤਨ ਹੋਈ ਜਾਂਦੀ ਉਹਦੇ ਦੰਦਾਂ 'ਚ। ਵੈਸੇ ਚੱਲ ਪੇਸਟ ਤਾਂ ਸਵੇਰੇ ਕਰ ਹੀ ਲਈ ਸੀ, ਆਵੇ ਦੋ ਟਾਈਮ ਬੁਰਸ਼ ਕਰਦਾ, ਤਿੰਨ ਟਾਈਮ, ਚਲੋ ਵਧੀਆ ਤੋੜਤੀ ਪੇਸਟ ਵੀ। ਦੇਖੋ ਇੱਧਰ ਐਂ, ਮਤਲਬ ਸਾਰਾ ਦਿਨ ਕੰਮ ਲੱਗਾ ਹੀ ਰਹਿੰਦਾ, ਕੋਈ ਨਾ ਕੋਈ ਵਿਹਲਾ ਤਾਂ ਬਹਿਣਾ ਪਸੰਦ ਹੀ ਨਹੀਂ ਨਾ ਇਹਨੂੰ। ਹਾਂ ਇਹ ਗਲਤ ਕਰਦਾ ਵਾ ਰੋਜ਼ ਕੋ ਗਾਇਸ, ਵੇਖੋ ਉੱਥੇ ਆਲੂ ਲੈ ਕੇ ਭੱਜ ਗਿਆ, ਮੰਮੀ ਦਾ ਲਫਾਫਾ ਡਿੱਗ ਗਿਆ ਤਾਂ ਉਹ ਆਲੂ ਮਿੱਟੀ ਲੱਗੀ ਹੋਈ, ਉਹਨੂੰ ਮਿੱਟੀ ਵਾਲਾ ਹੀ ਖਾਈ ਜਾਂਦਾ। ਰੋਸਕੋ ਖੋ ਕੇ ਲੈ ਗਿਆ, ਹੋਰ ਖੋ ਕੇ ਰੋਸਕੋ ਖਾਈ ਕਿੰਨਾ ਕ ਵੇ ਮਿੱਟੀ ਵਾਲਾ ਉਹ ਚੱਕ ਕੇ ਲੈ ਗਿਆ, ਮੈਂ ਕਿਹਾ ਧੋ ਕੇ ਇੱਕ ਦਾ ਦੂਜੀ ਟਿੱਕਾ ਧੋ ਉਹਦੇ ਜੁੱਟ ਲਫਾਫਾ ਗੇ ਬੱਥੇ ਟੁੱਟ ਗਿਆ ਸਾਰਾ। ਕੋਈ ਹਾਲ ਨਹੀਂ, ਗਲਤ ਗੱਲ ਰੋਸਕੋ, ਗਾਜਰਾਂ ਆਲੂ ਗੰਢੇ ਸਾਰਾ ਕੁਛ ਚੱਕੀ ਲਿਜਾਂਦਾ ਰੋਸਕੋ, ਜੋ ਮਿਲਦਾ ਬਸ ਉਹ ਕਹਿੰਦਾ ਵੀ ਮੈਂ ਛੱਡਣਾ ਨਹੀਂ ਆ। ਹਾਂ ਇਹ ਕੇਲੇ ਵੀ ਖਾ ਕੇ ਹਟਿਆ ਅਤੇ ਅੱਜ ਬਣਨ ਲੱਗੀ ਆ ਦੇਖੋ ਇੱਥੇ ਗਾਜਰਾਂ ਦੀ ਸਬਜ਼ੀ ਬਣੂਗੀ, ਗਾਜਰਾਂ ਦੇ ਨਾਲ ਆਲੂ, ਚਲੋ ਮਜ਼ਾ ਆਊਗਾ। ਅੱਜ ਥੋੜ੍ਹੀ ਜਿਹੀ ਧੁੱਪ ਨਿਕਲੀ ਸੀ, ਬਾਕੀ ਹੁਣ ਮੈਨੂੰ ਲੱਗਦਾ ਥੋੜ੍ਹੇ ਕੁ ਦਿਨਾਂ ਨੂੰ ਸ਼ੁਰੂ ਹੋਇਆ ਨਹੀਂ ਲੱਗਣੀ। ਅਤੇ ਚਲੋ ਗਾਇਸ ਵਾਧੂ ਹੋ ਗਿਆ ਵਲੌਗ, ਅਤੇ ਹੁਣ ਆਪਾਂ ਵਲੌਗ ਦਾ ਐਂਡ ਕਰਦੇ ਹਾਂ, ਮਿਲਾਂਗੇ ਵਧੀਆ ਜੇ ਅਗਲੇ ਵਲੌਗ ਦੇ ਵਿੱਚ। ਅਤੇ ਸਾਡੀ ਹਜੇ ਤੱਕ ਅਪਰੂਵਲ ਨਹੀਂ ਆਈ, ਪਾਕਿਸਤਾਨ ਤੋਂ ਪਹਿਲਾਂ ਅਪਰੂਵਲ ਆਉਂਦੀ ਹੁੰਦੀ ਨਾ, ਇੱਕ ਉਹ ਨਹੀਂ ਆਈ, ਅਸੀਂ ਮੈਸੇਜ ਵਾਰ ਵਾਰ ਵੇਖਦੇ ਪਏ ਵੀ ਕਦੋਂ ਆਊਗੀ ਕਦੋਂ, ਹਜੇ ਤੱਕ ਤਾਂ ਨਹੀਂ ਆਈ। ਵੈਸੇ ਅੱਜ ਐਤਵਾਰ ਆ, ਸ਼ਾਇਦ ਵੀ ਹੋ ਸਕਦਾ ਤਾਂ ਨਹੀਂ ਆਉਂਦੀ ਪਈ, ਅਤੇ ਬਾਕੀ ਦੇਖੋ ਸ਼ਾਇਦ ਕੱਲ੍ਹ ਨੂੰ ਆ ਜਾਵੇ। ਅਤੇ ਚਲੋ ਵਲੌਗ ਦਾ ਐਂਡ ਕਰ ਦਈਏ, ਜੇ ਵਧੀਆ ਲੱਗਾ ਵਲੌਗ ਲਾਈਕ ਜ਼ਰੂਰ ਕਰਿਆ ਕਰੋ, ਚੈਨਲ ਨੂੰ ਵੀ ਸਬਸਕ੍ਰਾਈਬ ਕਰਦਿਆ ਕਰੋ। ਮਿਲਾਂਗੇ ਕੱਲ੍ਹ ਵਾਲੇ ਵਲੌਗ ਦੇ ਵਿੱਚ, ਬਾਏ।